ਕਿਸਾਨੀ ਅੰਦੋਲਨ ਦੇ ਵਿੱਚ ਲਗਾਤਾਰ ਹੀ ਹਰ ਕਸਬੇ ਦੇ ਵਿੱਚੋਂ ਸੰਗਤਾਂ ਦਾ ਕਾਫਲਾ ਦਿੱਲੀ ਲਈ ਰਵਾਨਾ ਹੋ ਰਿਹਾ ਹੈ ਅਤੇ ਨਾਲ ਦੀ ਨਾਲ ਹੀ ਰਾਸ਼ਨ ਦੇ ਭਰੇ ਟਰੱਕ ਵੀ ਦਿੱਲੀ ਲਈ ਰਵਾਨਾ ਕੀਤੇ ਜਾ ਰਹੇ ਹਨ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਰਬਨ ਸਟੇਟ ਗੁਰਦੁਆਰਾ ਸਾਹਿਬ ਦੀਆਂ ਹਨ, ਜਿੱਥੋਂ ਸੰਗਤ ਨੇ ਅੱਜ ਇੱਕ 4 ਲੱਖ ਰੁਪਏ ਦਾ ਰਾਸ਼ਨ ਭਰ ਕੇ ਟਰੱਕ ਦੇ ਵਿੱਚ ਦਿੱਲੀ ਲਈ ਰਵਾਨਾ ਕੀਤਾ ਗਿਆ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਟਰੱਕ ਦੀ ਜਿਹੜੀ ਹੈ ਉਹ ਵੀ ਪਿੱਛੇ ਨਜ਼ਰ ਆ ਰਿਹਾ, ਜਿਸ ਦੇ ਵਿੱਚ ਰਾਸ਼ਨ ਰੱਖਿਆ ਗਿਆ। ਇਸ ਰਾਸ਼ਨ ਦੇ ਵਿੱਚ ਹਰ ਉਹ ਜ਼ਰੂਰੀ ਵਸਤੂ ਹੈ ਜਿਸ ਦੀ ਰੋਜ਼ਾਨਾ ਹੀ ਲੋੜ ਪੈਂਦੀ ਹੈ। ਸੰਗਤ ਦਾ ਕਹਿਣਾ ਹੈ ਕਿ ਨਾਲ ਦੀ ਨਾਲ ਹੀ ਹਰ ਹਫ਼ਤੇ ਹੀ ਇੱਥੋਂ ਇਹ ਟਰੱਕ ਰਵਾਨਾ ਕੀਤੇ ਜਾਣਗੇ। ਸੰਗਤ ਨਾਲ ਵੀ ਚੱਲ ਕੇ ਗੱਲ ਕਰ ਲੈਂਦੇ ਹਾਂ ਕਿ ਕਹਿਣਾ ਚਾਹੁੰਦੇ ਹਨ ਆਪਣੀ ਇਸ ਸੇਵਾ ਨੂੰ ਲੈ ਕੇ। ਸਾਡੇ ਮਾਧਿਅਮ ਰਾਹੀਂ ਜਿਹੜੀਆਂ ਸਾਡੀਆਂ ਜਿੰਨੀਆਂ ਵੀ ਕਵਰੇਜ ਸਾਡੀਆਂ ਹੋਈਆਂ ਆ, ਇਕੱਲੀਆਂ ਇਹ ਬਟਾਲੇ 'ਚ ਹੀ ਨਹੀਂ, ਤੁਸੀਂ ਦਿੱਲੀ ਵੀ ਗਏ ਜੇ, ਤੁਸੀਂ ਸਾਰੇ ਥਾਵਾਂ 'ਤੇ ਜਾ ਕੇ ਸਾਡੀ ਕਵਰੇਜ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਆਹ ਜਿਹੜਾ ਅੱਜ ਅਸੀਂ ਟਰੱਕ ਰਸਤਾ ਭੇਜ ਰਹੇ ਹਾਂ, ਇਹਦੇ ਵਿੱਚ ਸਾਡੀਆਂ ਕਿੱਟਾਂ ਤਿਆਰ ਕੀਤੀ, 200 ਕਿੱਟ ਤਿਆਰ ਕੀਤੀ ਹੈ ਜਿਹੜੀ ਅਸੀਂ ਹਰ ਇੱਕ ਟਰਾਲੀ ਟਰੈਕਟਰ ਨੂੰ ਆਪ ਜਾ ਕੇ ਸਰਵ ਕਰਾਂਗੇ। ਉਹਦੇ ਵਿੱਚ ਅਸੀਂ ਸਾਬਣ ਵੀ ਆ, ਨਹਾਉਣ ਵਾਲਾ, ਕੱਪੜੇ ਧੋਣ ਵਾਲਾ ਸਰਫ ਆ, ਉਹਦੇ ਵਿੱਚ ਸਰਫ ਕੋਲਗੇਟ ਆ, ਉਹਦੇ ਵਿੱਚ ਬੁਰਸ਼ ਆ, ਉਹਦੇ ਵਿੱਚ ਚਾਹ ਪੱਤੀ ਆ, ਖੰਡ ਆ, ਉਹਦੇ ਵਿੱਚ ਤੇਲ ਵੀ ਆ। ਇਹ ਜਿਹੜੀਆਂ 200 ਕਿੱਟ ਤਿਆਰ ਕੀਤੀ ਆ, ਉਸ ਤੋਂ ਇਲਾਵਾ ਅਸੀਂ ਆਟਾ ਭੇਜ ਰਹੇ ਹਾਂ, ਉਸ ਤੋਂ ਇਲਾਵਾ ਚੌਲ ਭੇਜ ਰਹੇ ਹਾਂ, ਦਾਲਾਂ ਭੇਜ ਰਹੇ ਹਾਂ, ਔਰ ਥਰਮੋਕੋਲ ਜਿਹੜੀ ਹੈਗੀ ਆ ਜਿਹਦੇ ਵਿੱਚ ਅਸੀਂ ਲੰਗਰ ਛਕਣਾ ਆ, ਉਹ ਵੀ ਅਸੀਂ ਭੇਜ ਰਹੇ ਹਾਂ ਸਾਰੀਆਂ। ਬਿਲਕੁਲ ਜੀ, ਅਸੀਂ ਸਾਡਾ ਨਿਰਵਿਘਨ ਜਿਹੜੀ ਸੇਵਾ ਚਾਲੂ ਹੋ ਗਈ ਆ, ਕੋਸ਼ਿਸ਼ ਕਰਿਆ ਕਰਾਂਗੇ ਹਰ ਹਫ਼ਤੇ ਇੱਕ ਟਰੱਕ ਜਿਹੜਾ ਇੱਥੋਂ ਚੱਲਿਆ ਕਰੇ, ਔਰ ਉਹਨਾਂ ਲੋਕਾਂ ਦੇ ਮੂੰਹ 'ਤੇ ਚਪੇੜ ਵੱਜੇ ਜਿਹੜੇ ਕਹਿੰਦੇ ਆ ਵੀ ਇਹ ਜਿਹੜੀ ਇਹਨਾਂ ਨੂੰ ਫੰਡਿੰਗ ਕਿੱਥੋਂ ਹੋ ਰਹੀ ਹੈ। ਇਹ ਫੰਡਿੰਗ ਨਹੀਂ, ਇਹ ਸੇਵਾ ਆ, ਇਹ ਸਮੁੱਚੀ ਸੇਵਾ ਜਿਹੜੀ ਆ, ਇਕੱਲਾ ਬਟਾਲਾ ਨਹੀਂ, ਸਮੁੱਚਾ ਸਾਰਾ ਪੰਜਾਬ, ਸਾਰਾ ਵਰਲਡ ਦੇ ਵਿੱਚੋਂ ਹੀ ਜਿਹੜੀ ਸੇਵਾ ਜਿਹੜੀ ਆ ਉਹਨਾਂ ਨੂੰ ਹੋ ਰਹੀ ਆ। ਅੱਜ ਇਹ ਜਿਹੜਾ ਬਟਾਲਾ ਤੋਂ ਕਿਸਾਨ ਸੰਘਰਸ਼ ਕਮੇਟੀ ਜਿਹੜੀ ਸਾਡੀ ਬਣੀ ਹੈ, ਉਹਦੇ ਵੱਲੋਂ ਇਹ ਸਿੰਘੂ ਬਾਰਡਰ 'ਤੇ ਜਿਹੜੇ ਕਿਸਾਨ ਪਿਛਲੇ 2.5 ਮਹੀਨਿਆਂ ਤੋਂ ਬੈਠੇ ਨੇ, ਖਾਸ ਕਰਕੇ ਜਿਹੜੇ ਟਰਾਲੀਆਂ ਦੇ ਵਿੱਚ ਨੇ ਆਪਣੇ ਵੱਲੋਂ ਰਸਦ ਬਣਾ ਰਹੇ ਨੇ, ਉਹਨਾਂ ਵਾਸਤੇ ਅਸੀਂ ਕਿੱਟਾਂ ਬਣਾਈਆਂ ਨੇ, ਅਤੇ ਜਿਹਦੇ ਵਿੱਚ ਸਾਬਣ ਪੇਸਟ ਹੈ, ਨਹਾਉਣ ਵਾਲਾ ਸਾਬਣ ਹੈ, ਕੱਪੜੇ ਧੋਣ ਵਾਲਾ ਸਾਬਣ ਹੈ, ਅਤੇ ਇੱਦਾਂ ਦੀਆਂ ਜਿਹੜੀਆਂ ਡੇਲੀ ਨੀਡਸ ਦੀਆਂ ਚੀਜ਼ਾਂ ਨੇ, ਅਤੇ ਬਾਕੀ ਲੰਗਰਾਂ ਉਹਨਾਂ ਵਾਸਤੇ ਆਟਾ ਵੀ, ਖੰਡ, ਦਾਲਾਂ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਵਾਸਤੇ ਅੱਜ ਭੇਜੀਆਂ ਜਾ ਰਹੀਆਂ। ਜਦੋਂ ਅੰਦੋਲਨ ਇਸ ਲੈਵਲ 'ਤੇ ਪਹੁੰਚ ਜਾਂਦੇ ਨੇ, ਜੋ ਕਿਸਾਨ ਅੰਦੋਲਨ ਪੰਜਾਬ 'ਚੋਂ ਸ਼ੁਰੂ ਹੋਇਆ ਸੀ, ਜਦੋਂ ਦਿੱਲੀ ਪਹੁੰਚਿਆ ਅਤੇ ਉਸ ਤੋਂ ਬਾਅਦ ਇਹ ਕਿ ਜਨ ਅੰਦੋਲਨ ਬਣ ਗਿਆ, ਹੁਣ ਹਰ ਇੱਕ ਇਨਸਾਨ ਨੂੰ ਇਹ ਪਤਾ ਲੱਗ ਗਿਆ ਕਿ ਇਹ ਮਸਲਾ ਸਿਰਫ ਕਿਸਾਨਾਂ ਦਾ ਨਹੀਂ ਰਹਿ ਗਿਆ, ਇਹ ਹਰ ਇੱਕ ਇਨਸਾਨ ਦਾ ਮਸਲਾ ਆ। ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਿੱਲ ਲਾਗੂ ਹੋ ਜਾਂਦੇ ਨੇ ਅਤੇ ਮਹਿੰਗਾਈ ਜੋ ਹੈ ਉਹ ਬੇਤਹਾਸ਼ਾ ਵੱਧ ਜਾਏਗੀ, ਅਤੇ ਜੋ ਇਹ ਫੰਡਿੰਗ ਦਾ ਦੋਸ਼ ਲਾਉਂਦੇ ਹਨ, ਤੁਸੀਂ ਸਭ ਕੁਝ ਵੇਖ ਰਹੇ ਹੋ, ਹਰ ਇੱਕ ਇਨਸਾਨ ਆਪਣੀ ਜੋ ਨੂੰ ਜੇਬ ਅਨੁਸਾਰ ਤਿਲ ਫੁੱਲ ਦਾ ਯੋਗਦਾਨ ਪਾ ਕੇ ਉੱਥੇ ਜਾਂ ਕਿਸਾਨਾਂ ਦੇ ਲਈ ਜੋ ਹੈ ਰਸਤ ਪਾਣੀ ਭੇਜ ਰਿਹਾ ਹੈ, ਇਹ ਸਭ ਕੁਝ ਸਭ ਦੇ ਸਾਹਮਣੇ ਹੈ ਵੀ ਕਿਵੇਂ ਸਭ ਕੁਝ ਚੱਲ ਰਿਹਾ ਹੈ। ਮੈਂ ਸਮਝਦਾ ਹਾਂ ਕਿ ਗੋਦੀ ਮੀਡੀਆ ਨੂੰ ਅੱਜ ਵੇਖਣਾ ਚਾਹੀਦਾ ਹੈ ਕਿ ਜੋ ਇਹ ਸ਼ੱਕ ਕਰਦੇ ਨੇ ਕਿ ਸ਼ਾਇਦ ਬਾਹਰੋਂ ਫੰਡਿੰਗ ਹੋ ਰਹੀ ਆ, ਇਹ ਫੰਡਿੰਗ ਲੋਕ ਕਰ ਰਹੇ ਨੇ, ਆਮ ਲੋਕ ਆਮ ਕਿਸਾਨ ਇਹ ਫੰਡਿੰਗ ਕਰ ਰਹੇ ਨੇ। ਦਾ ਕਹਿਣਾ ਹੈ ਕਿ ਆਪਣੀ ਕਿਰਤ ਕਮਾਈ ਦੇ ਵਿੱਚੋਂ ਹੀ ਦਸਵੰਧ ਜੋੜ ਕੇ ਇਹ 4 ਲੱਖ ਰੁਪਏ ਦਾ ਰਾਸ਼ਨ ਜਿਹੜਾ ਹੈ ਕਿਸਾਨਾਂ ਵਾਸਤੇ ਦਿੱਲੀ ਭੇਜਿਆ ਜਾ ਰਿਹਾ ਹੈ, ਤਾਂ ਆਉਂਦੇ ਸਮੇਂ ਦੇ ਵਿੱਚ ਵੀ ਜਦੋਂ ਤੱਕ ਕਿਸਾਨੀ ਅੰਦੋਲਨ ਉੱਥੇ ਜਾਰੀ ਰਹੇਗਾ, ਤਦ ਤੱਕ ਹਰ ਹਫ਼ਤੇ ਹੀ ਇਸ ਤਰੀਕੇ ਦਾ ਜਿਹੜਾ ਟਰੱਕ ਹੈ ਰਾਸ਼ਨ ਦਾ ਉਹ ਭਰ ਕੇ ਦਿੱਲੀ ਲਈ ਰਵਾਨਾ ਕੀਤਾ ਜਾਵੇਗਾ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਾਡੀ ਇਸ ਸੇਵਾ ਦਾ ਮਕਸਦ ਇੱਕ ਕੇਵਲ ਇਹੀ ਹੈ ਕਿ ਸੰਗਤ ਦੇ ਵੱਲੋਂ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਮਦਦ ਲਈ ਹੈ, ਅਤੇ ਨਾਲ ਹੀ ਉਹਨਾਂ ਲੋਕਾਂ ਨੂੰ ਇੱਕ ਕਰਾਰਾ ਜਵਾਬ ਹੈ ਜਿਹੜੇ ਕਹਿ ਰਹੇ ਸੀ ਕਿ ਇਸ ਕਿਸਾਨੀ ਅੰਦੋਲਨ ਨੂੰ ਵਿਰੋਧੀ ਤਾਕਤਾਂ ਵੱਲੋਂ ਫੰਡਿੰਗ ਕੀਤੀ ਜਾ ਰਹੀ ਹੈ। ਕੈਮਰਾ ਪਰਸਨ ਨਿਸ਼ਾਂਤ ਗੋਇਲ ਦੇ ਨਾਲ ਭੋਪਾਲ ਸਿੰਘ, ਲਿਵਿੰਗ ਇੰਡੀਆ ਨਿਊਜ਼, ਗੁਰਦਾਸਪੁਰ।